हेलो, कौन है ये? मतलब हेलो, मैं आईसीआईसीआई से बोल रही हूँ जी। की क्या है ये? मतलब समझे मनु, पता नहीं लगे जी। मैं आईसीआईसीआई से बोल रही हूँ जी आईसीआईसी फिर कितने चली गई जी? मैं तो 2 दिन हो गए महाराज जी सौ घरे बैठा, इतने तक कोई नहीं आई। नाले जी कोई आई हुंदी सारे पिंड नु पता लग जाता, सारे सू लेंदे फिर रहते ने जी। हाँ जी, परसों मेरी कोट शमीर वाली भूआ आई थी जी बड़ी, ओदे बड़े मुंडे ते छपी दा परचा जा हो गया जी। ओ लोग कहंदे किते पुलिस बुढ़िया ना चक के ले जाए भी तुसी टल जाओ 2 दिन दा इधर उधर, बस ओ तो बाद तो होर कोई नहीं आई जी। नहीं, आप समझे नहीं, मैं आईसीआईसीआई बैंक से बोल रही हूँ। दसो जी। सर, क्या आप लोअर इंटरेस्ट रेट पर कार फाइनेंस करवाने में इंटरेस्टेड है? एक ही हुंदा जी, मतलब क्या आप कार फाइनेंस करवाना चाहते है? फाइनेंस? ये फाइनेंस की हुंदा जी? फाइनेंस फलूंस मैं ना कदे सुने नहीं जी। मुझे आप ये बताइए, आप काम क्या करते हैं? खेती करते हैं जी, हो रहे थे मैं मनमोहन सिंह लगे जी। पर हुण खेती च बचदा कख नहीं जी। हुण तुसी ला लो साहब, भी बिजली दा इन्ना बुरा हाल है भी साडे पिंड वाला खेतों वाला ट्रांसफार्मर है जी, ओते 20-25 जवाक चढ़ के डंडा डुक खेडदे रहिंदे ने जी। उन्हां दे घर दे वी नहीं हटाउंदे, कहिंदे चलो खेड लैण दे, खतरे वाली कड़ी गल, लाइट तां आउंदी नहीं। ਤੇ ਜਿਹੜੀ ਪਿੰਡ ਵਾਲੀ ਲਾਈਨ ਹੈ ਬਿਜਲੀ ਵਾਲੀ ਜੀ, ਉਹਦੇ ਤਾਂ ਹੁਣ ਸਾਡੇ ਪਿੰਡ ਦੀਆਂ ਬੁੜੀਆਂ ਕੱਪੜੇ ਸੁੱਕਣੇ ਪਾਉਣ ਲੱਗ ਗਈਆਂ ਜੀ। ਸਮਝ, ਬਿਜਲੀ ਦੀਆਂ ਤਾਰਾਂ ਤਾਂ ਹੁਣ ਤਣੀਆਂ ਬਣ ਗਈਆਂ ਜੀ। ਬਾਕੀ ਇੰਨਾ ਮਹਿੰਗਾ ਡੀਜ਼ਲ ਫੂਕ ਕੇ ਹੁਣ ਬਚਦਾ ਬੁਝਦਾ ਕੱਖ ਨਹੀਂ ਜੀ। ਮਤਲਬ ਜੀ, ਓ ਮਾਈ ਗੋਡ, ਆਪਕੇ ਪਾਸ ਜ਼ਮੀਨ ਹੈ? ਲੈ ਜੇ ਜ਼ਮੀਨ ਹੈ ਤਾਂ ਖੇਤੀ ਕਰਦੇ ਹਾਂ ਜੀ। ਹੋਰ ਤੁਸੀਂ ਕਦੇ ਪਾਣੀ ਵਾਲੀ ਟੈਂਕੀ ਤੇ ਸਰੋਂ ਬੀਜੀ ਦੇਖੀ ਹੈ? ਆਪ ਮੁਝੇ ਇਹ ਬਤਾਈਏ, ਆਪਕੀ ਐਨੁਅਲ ਇਨਕਮ ਕਿਤਨੀ ਹੈ? ਹੈ ਜੀ, ਐਨੁਅਲ ਇਨਕਮ? ਇਹ ਪੰਜਾਬੀ ਦੱਸੋ ਜੀ, ਮੈਨੂੰ ਹਿੰਦੀ ਨਾ ਬੋਲੋ ਜੀ, ਸਮਝ ਨਹੀਂ ਆਈ ਜੀ। ਆਪਕੀ ਸਾਲਾਨਾ ਕਮਾਈ ਕਿਤਨੀ ਹੈ? ਉਹ ਕਮਾਈਆਂ ਕਮਾਈਆਂ ਕਿਹੜੀਆਂ ਜੱਟਾਂ ਦੀਆਂ ਹੁਣ ਜੀ? ਇਹ ਜੱਟ ਤਾਂ ਸਮਝ ਹੁਣ ਨਾ ਜੀ, ਟੈਲੀਵਿਜ਼ਨ ਦੇ ਗੀਤਾਂ ਚ ਬੜਕਾ ਮਾਰਦਾ, ਊਂ ਤਾਂ ਮਹਿੰਗਾਈ ਨੇ ਚੀਕਾਂ ਕਢਾ ਰੱਖੀਆਂ ਨੇ ਜੀ। ਕਮਾਈਆਂ ਤਾਂ ਜੀ ਹੁਣ 3 ਬੰਦਿਆਂ ਕੋਲ ਹੀ ਰਹਿ ਗਈਆਂ, ਜਾਂ ਤਾਂ ਲੀਡਰ ਜਾਂ ਕਲਾਕਾਰ ਜਾਂ ਫਿਰ ਬਾਬਿਆਂ ਕੋਲ ਜੀ। ਆ ਬਾਬਿਆਂ ਦੀ ਗੱਲ ਸੁਣ ਲੋ, ਸਾਡੇ ਪਿੰਡ ਵਾਲਾ ਕੈਲਾ ਠੱਗ, ਲੈ ਉਹਨੂੰ ਪਿੰਡ ਚ ਕੋਈ ਮੰਗਿਆ ਪਾਣੀ ਦਾ ਗਲਾਸ ਨੀ ਪਿਉਂਦਾ ਸੀ, ਲੈ ਜਾ ਕੇ ਪਿੰਡ ਦੇ ਨਾਲ ਦੇ ਡੇਰੇ ਤੇ ਬਹਿ ਗਿਆ, ਇੱਕ ਕਥਾ ਜੀ ਸੁਣਾਉਣੀ ਸਿੱਖ ਲਈ। 3000 ਨਾਲ ਚੇਲੇ ਜੇ ਰੱਖ ਲੈ ਢੋਲਕੀਆਂ ਕੁੱਟਣ ਨੂੰ, ਖਾ ਕੇ 2 ਤੋਲੇ ਫੀਮ ਦੇ ਬਾਜੇ ਢੋਲਕੀਆਂ ਲੈ ਕੇ ਸਾਰੇ ਹੀ ਰਿੰਗਣ ਲੱਗ ਜਾਂਦੇ ਨੇ, ਬੁੜੀਆਂ ਸੁਣ ਸੁਣ ਕੇ ਨਾਗ ਵਾਂਗੂ ਮੇਲਦੀਆਂ ਨੇ। ਆ 2 ਸਾਲਾਂ ਚ ਉਹਦੀ ਇੰਨੀ ਚੜਾਈ ਹੋ ਗਈ ਵੀ ਹੁਣ ਵੱਡੇ ਵੱਡੇ ਲੀਡਰ ਆ ਕੇ ਪੈਰੀ ਪੈਂਦੇ ਨੇ, ਲੈ ਉਸੇ ਕੈਲੇ ਠੱਗ ਨੂੰ ਹੁਣ ਮਹਾਰਾਜ ਸਤਿਗੁਰੂ ਕਰਨੈਲ ਸਿੰਘ ਜੀ ਵੱਡੀਆਂ ਜੋਤਾਂ ਵਾਲਾ ਕਹਿੰਦੇ ਨੇ। ਲੈ ਪਿੰਡ ਚ ਜਿਹਨੂੰ ਕਦੇ ਮੱਛਰਦਾਨੀ ਨੀ ਜੁੜੀ ਸੀ, ਲੋਕ ਹੁਣ ਉਹਨੂੰ ਮੋੜ ਦੇ ਖੰਭਾਂ ਨਾਲ ਹਵਾ ਚੱਲਦੇ ਨੇ ਜੀ। ਲੈ ਉਸੇ ਕੈਲੇ ਦੀ ਜੇਬ ਚ ਗਲਿਆ ਸੜਿਆ ਜਾ 5 ਦਾ ਨੋਟ 2-2, 3-3 ਮਹੀਨੇ ਪਿਆ ਰਹਿੰਦਾ ਜੀ, ਸਮਝ ਜੀ। ਲੈ ਹੁਣ ਕਹਿੰਦੇ ਉਹਦੇ ਡੇਰੇ ਦਾ 1 ਦਿਨ ਦਾ ਚੜਾਵਾ ਗਿਣਦੇ ਆਂਦੇ 10 ਬੰਦਿਆਂ ਦੇ ਮੂੰਹ ਚੋਂ ਥੁੱਕ ਮੁੱਕ ਜਾਂਦਾ ਜੀ, ਬਸ ਤੁੱਕਾ ਲੱਗਣ ਦੀ ਗੱਲ ਹੁੰਦੀ ਹੈ ਜੀ, ਸਮਝੇ ਚ। ਲੈ ਇਸੇ ਪਿੰਡ ਕੈਲੇ ਨੇ ਆਪਦੇ ਸਕੇ ਭਾਈ ਤੋਂ ਬਿਨਾ ਮਗਰਾਟਾਂ ਵਾਲਾ ਸਾਈਕਲ ਵੀ ਠੱਗਿਆ ਹੋਇਆ, ਹੁਣ ਕਹਿੰਦੇ ਬਾਬਾ ਜੀ ਦੀ ਕਾਰ ਚ ਟੈਲੀਵਿਜ਼ਨ ਤੇ ਫਰਿੱਜ ਵੀ ਲੱਗਿਆ ਹੋਇਆ। ਲੈ ਕਹਿੰਦੇ ਹਰੇਕ ਵੀਰਵਾਰ ਨੂੰ ਸਮਝ ਲੱਖਾਂ ਸੰਗਤਾਂ ਡੇਰੇ ਤੇ ਜਾਂਦੀਆਂ ਨੇ, ਲੈ ਸਾਰੇ ਪਿੰਡ ਦੀ ਜੂਠ ਖਾਣ ਵਾਲੇ ਕੈਲੇ ਦਾ ਹੁਣ ਬੁੜੀਆਂ ਜੂਠਾ ਖਾਂਦੀਆਂ ਨੇ, ਜਿਹੜੀਆਂ ਲੱਤਾਂ ਤੇ ਪਹਿਲਾਂ ਫੋੜੇ ਨਿਕਲੇ ਰਹਿੰਦੇ ਸੀ ਕੈਲੇ ਦੀਆਂ, ਉਹੀ ਲੱਤਾਂ ਹੁਣ ਮੌਜਾਂ ਲੁੱਟਦੀਆਂ ਨੇ। ਆ ਬੁੜੀਆਂ ਘਰੇ ਡੱਕਾ ਨੀ ਤੋੜਦੀਆਂ, ਡੇਰੇ ਤੇ ਜਾ ਕੇ ਬਾਬੇ ਦੀਆਂ ਲੱਤਾਂ ਘੁੱਟਦੀਆਂ ਨੇ। ਤੇ ਲੋਕ ਵੀ ਸਮਝ ਕਮਲੇ ਨੇ, ਜਿਹੜੇ 10 ਨਹਾਂ ਦੀ ਕਮਾਈ ਨੂੰ ਉਹਨਾਂ ਦੇ ਪੈਰਾਂ ਚ ਚੜਾਈ ਜਾਂਦੇ ਨੇ। ਆ ਬਾਬੇ ਨਾਨਕ ਨੇ ਜਿਹੜੇ ਪਖੰਡਾਂ ਤੋਂ ਖਹਿੜਾ ਛੜਾਇਆ ਸੀ, ਲੋਕ ਉਹੀ ਪਖੰਡ ਕਰ ਕਰਕੇ ਪੈਸੇ ਕਮਾਈ ਜਾਂਦੇ ਨੇ। ਸਾਡੀਆਂ ਕਾਹਦੀਆਂ ਕਮਾਈਆਂ ਨੇ ਜੀ ਹੁਣ ਬਸ। ਹੈਲੋ ਹੈਲੋ, ਉਹ ਹੁਣ ਕਿੱਧਰ ਗਈ ਜਿਹੜੀ ਆਈ ਸੀ? ਤਾਂ ਹੁਣ ਕੋਈ ਬੋਲਦਾ ਨੀ ਵੀ ਜੇ ਫੋਨ ਕਰਕੇ ਪੂਰੀ ਗੱਲ ਹੀ ਨੀ ਕਿਸੇ ਕੰਜਰ ਦੀ ਸੁਣਨੀ, ਫਿਰ ਫੋਨ ਕਰਨ ਦਾ ਫਾਇਦਾ ਕਾਹਦਾ ਹੋਇਆ ਜਿਹਦੇ ਵਿੱਚ ਜੀ? ਮਤਲਬ ਹੈਲੋ, ਕੱਟ ਗਿਆ ਜੀ। ਪਹਿਲੀ ਵਾਰ ਮੇਰੇ ਫੋਨ ਤੇ ਕੋਈ ਆਈ ਸੀ ਉਹ ਵੀ ਪਤਾ ਨੀ ਕਿੱਧਰ ਗਈ। ਹੈਲੋ।